ਜਿਹੜਾ ਰਖਾਉਣ ਦਾ ਹੱਕਦਾਰ ਹੈ ਉਹ ਲੈ ਜਾਵੇ। ਸਾਡੇ ਵੱਲੋਂ ਸਾਨੂੰ ਕੁਰਸੀਆਂ ਦਾ ਇਹ ਭੰਨਣ ਦਾ ਸਾੜਨ ਦਾ ਕੋਈ ਸ਼ੌਂਕ ਨਹੀਂ। ਇਹਦੇ ਉੱਤੇ ਇੱਕ ਉਦਾਹਰਨ ਢੁੱਕਦੀ ਹੈ। ਸਿੱਖਾਂ ਨੂੰ ਸਵਾਲ ਹੋ ਸਕਦਾ ਸੀ ਕਿ ਸਰਹੰਦ ਢਾਈ ਕਿਉਂ ਤੁਸੀਂ ਬਣੇ ਬਣਾਏ ਕਮਰੇ ਸ਼ਹਿਰ ਕਿਸੇ ਗਰੀਬਾਂ ਨੂੰ ਵਸਾ ਦਿੰਦੇ ਲਿਆ ਕੇ। ਦੇਖੋ ਜਿਹੜਾ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਚਖਾਉਣ ਗੁਰੂ ਘਰ ਗਿਆ ਅਤੇ ਉੱਥੇ ਪਈਆਂ ਕੁਰਸੀਆਂ ਨੂੰ ਫੜ ਕੇ ਬਾਹਰ ਸੁੱਟਤਾ, ਤੋੜ ਦਿੱਤਾ ਗਿਆ। ਕਿਉਂ ਤੋੜ ਦਿੱਤਾ ਗਿਆ? ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ। ਇਸ ਤੋਂ ਪਹਿਲੇ ਜਿਹਨਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਗੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੋਂ ਆਪਾਂ ਚਾਲੇ ਪਾ ਕੇ ਖੋਜੇਆਲ ਪਹੁੰਚਣਾ। ਖੋਜੇਆਲ ਪੁੱਤ ਚੁੱਪ ਕਰੋ, ਕੋਈ ਨਹੀਂ ਆਪੇ। ਖੋਜੇਆਲ ਉੱਥੇ ਪੜਾਅ ਹੈ ਆਪਣਾ, ਜਿਹੜਾ ਬ੍ਰਿਟਿਸ਼ ਸਿੱਖ ਇੰਟਰਨੈਸ਼ਨਲ ਸਕੂਲ ਹੈ ਉੱਥੇ ਆਪਾਂ ਰਾਤ ਦਾ ਪੜਾਅ ਕਰਨਾ। ਸੋ ਪਹਿਲਾਂ ਤਾਂ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੇ ਉੱਥੇ ਪਹੁੰਚਣਾ, ਕਿਉਂਕਿ ਜਿਹੜੀ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਇੱਥੇ ਕੁਝ ਅਖੌਤੀ ਫਾਸਟਰ ਜਿਹੜੇ ਆ ਉਹ ਵਰਗ ਲਾ ਕੇ, ਅਜੇ ਕੱਲ੍ਹ ਸੁਪਰੀਮ ਕੋਰਟ ਦੀ ਇਹ ਜੱਜਮੈਂਟ ਆਈ ਹੈ ਵੀ ਸੇਵਾ ਜਾਂ ਦਾਨ ਦੇ ਵਿੱਚ ਜੇ ਇਹ ਭਾਵਨਾ ਵੀ ਕਿਸੇ ਦਾ ਧਰਮ ਬਦਲਣਾ ਤਾਂ ਇਹ ਬੜੀ ਮਾੜੀ ਭਾਵਨਾ। ਕੋਈ ਨਹੀਂ, ਬੱਚੇ ਨੂੰ ਇੱਦਾਂ ਨਾ ਕਰੋ, ਥੋੜ੍ਹਾ ਸਾਈਡ 'ਤੇ ਲੈ ਜਾਓ, ਕੁਛ ਨਹੀਂ ਪਾਸੇ ਲੈ ਜਾਓ, ਬੱਚੀ ਨੂੰ ਇੱਦਾਂ ਮੂੰਹ ਨਾ ਕੱਟੋ। ਇਸ ਕਰਕੇ ਉੱਥੇ ਆਪਣਾ ਪਹੁੰਚਣਾ ਸਾਰਿਆਂ ਦਾ ਜ਼ਰੂਰੀ ਹੈ। ਜਿਹੜੀਆਂ ਕੁਛ ਬੇਨਤੀਆਂ ਕੀਤੀਆਂ ਸੀ ਕੁਰਸੀਆਂ ਨੂੰ ਲੈ ਕੇ, ਉਹ ਬੇਨਤੀਆਂ ਦੇ ਉੱਤੇ ਕਈ ਬੰਦਿਆਂ ਨੇ ਵਿਵਾਦ ਖੜਾ ਕੀਤਾ ਵੀ ਤੁਸੀਂ ਕੁਰਸੀਆਂ ਭੰਨੀਆਂ ਕਿਉਂ, ਵੀ ਕਿਸੇ ਗਰੀਬ ਨੂੰ ਦੇ ਦਿੰਦੇ? ਹੁਣ ਤੋਂ ਅਸੀਂ ਜਿੱਥੇ ਕੁਰਸੀਆਂ ਕੱਢੀਆਂ ਗਰੀਬ ਨੂੰ ਤਾਂ ਨਹੀਂ ਦੇਣੀਆਂ, ਜਿਹੜਾ ਬੰਦਾ ਇਹ ਕਹਿੰਦਾ ਵੀ ਤੁਸੀਂ ਨਾ ਭੰਨੋ ਕਿਸੇ ਨੂੰ ਦਿਓ ਦਿਓ ਉਹ ਲੈ ਜਾਣਾ। ਜਿਹੜਾ ਰਖਾਉਣ ਦਾ ਹੱਕਦਾਰ ਹੈ ਉਹ ਲੈ ਜਾਵੇ। ਸਾਡੇ ਵੱਲੋਂ ਸਾਨੂੰ ਕੁਰਸੀਆਂ ਦਾ ਇਹ ਭੰਨਣ ਦਾ ਸਾੜਨ ਦਾ ਕੋਈ ਸ਼ੌਂਕ ਨਹੀਂ। ਇਹਦੇ ਉੱਤੇ ਇੱਕ ਉਦਾਹਰਨ ਢੁੱਕਦੀ ਹੈ। ਸਿੱਖਾਂ ਨੂੰ ਸਵਾਲ ਹੋ ਸਕਦਾ ਸੀ ਕਿ ਸਰਹੰਦ ਢਾਈ ਕਿਉਂ ਤੁਸੀਂ ਬਣੇ ਬਣਾਏ ਕਮਰੇ ਸ਼ਹਿਰ ਕਿਸੇ ਗਰੀਬਾਂ ਨੂੰ ਵਸਾ ਦਿੰਦੇ ਲਿਆ ਕੇ। ਦੇਖੋ ਜਿਹੜਾ ਗੁਰੂ ਘਰ ਦੀ ਉਲੰਘਣਾ, ਸਾਹਿਬਜ਼ਾਦਿਆਂ ਦੇ ਉੱਤੇ ਜਿਹੜਾ ਜ਼ੁਲਮ ਹੋਇਆ, ਪਾਪ ਹੋਇਆ, ਉਹਦੀ ਪੂਰਤੀ ਕਿਵੇਂ ਹੋਣੀ ਸੀ? ਫਿਰ ਨਿਆਂ ਕਿਵੇਂ ਹੁੰਦਾ? ਸਿੱਖਾਂ ਨੇ ਸਰਹੰਦ ਦੀ ਇੱਕ ਇੱਟ ਨਹੀਂ ਛੱਡੀ। ਇੱਥੋਂ ਤੱਕ ਵੀ 1947 ਤੱਕ 100-150 ਸਾਲ ਬਾਅਦ ਵੀ ਉੱਥੋਂ ਨੀਹਾਂ ਪੁੱਟ ਪੁੱਟ ਕੇ ਅਤੇ ਆ ਰੇਲਵੇ ਜਿਹੜੀ ਲਾਈਨ ਬਣੀ ਹੈ ਨਾ ਇਹਦੇ 'ਤੇ ਲਵਾ ਦਿੰਦੇ ਰਹੇ ਵੀ ਭਾਈ ਇਸ ਸ਼ਹਿਰ ਦੇ ਉੱਤੇ ਸਿੱਖਾਂ ਨੇ ਵਚਨ ਕੀਤਾ ਸੀ ਖੜ੍ਹ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ 'ਚ ਵੀ ਸਰਹੰਦ ਦੇ ਉੱਤੇ ਅਸੀਂ ਇੱਟ ਨਹੀਂ ਰਹਿਣ ਦੇਣੀ। ਕਿਸੇ ਧਾਰਮਿਕ ਸਥਾਨ ਨੂੰ ਛੱਡ ਦਿੱਤਾ, ਮਸੀਤਾਂ ਮੰਦਰ ਛੱਡ ਕੇ ਕੋਈ ਘਰ ਨਹੀਂ ਛੱਡਿਆ ਸਿੱਖਾਂ ਨੇ ਉੱਥੇ, ਸਭ ਢਾ ਦਿੱਤਾ, ਸਰਹੰਦ ਸ਼ਹਿਰ ਹੀ ਖਤਮ ਕਰ ਦਿੱਤਾ ਪੂਰਾ। ਨਹੀਂ ਤਾਂ ਏਸ਼ੀਆ ਦੇ ਵਿੱਚ ਦਿੱਲੀ ਨਾਲੋਂ ਵੱਡਾ ਸ਼ਹਿਰ ਸੀ ਸਰਹੰਦ। ਸੋ ਇਸ ਕਰਕੇ ਜਿਹੜੀਆਂ ਕੁਰਸੀਆਂ ਇਹ ਜਿਹੜੇ ਕਹਿੰਦੇ ਗਰੀਬਾਂ ਨੂੰ ਦੇ ਦਿਓ, ਗਰੀਬ ਬਹੁਤ ਨਹੀਂ ਕੁਰਸੀਆਂ ਦੇ ਭੁੱਖੇ ਨਹੀਂ, ਜਿਨ੍ਹਾਂ ਦੇ ਰੋਟੀ ਦੇ ਲਾਲੇ ਪਏ ਹੋਣ ਉਹਨਾਂ ਕੁਰਸੀਆਂ 'ਤੇ ਬੈਠਣਾ? ਸੋ ਇਹ ਆਪਣੇ ਬਹਾਨੇਬਾਜ਼ੀ ਹੈ। ਗੁਰੂ ਘਰ ਦਾ ਸਤਿਕਾਰ ਬਹਾਲ ਕਰਨਾ ਸਭ ਦੀ ਜ਼ਿੰਮੇਵਾਰੀ ਹੈ, ਮੇਰੀ ਇਕੱਲੇ ਦੀ ਨਹੀਂ। ਕਈ ਇਹ ਕਹਿੰਦੇ ਫਲਾਣੇ ਥਾਂ 'ਤੇ ਉਹ ਕਰ ਰਿਹਾ ਹੈ, ਅਤੇ ਮੈਂ ਕਹਿੰਦਾ ਵੀ ਤੁਸੀਂ ਕਿਸੇ ਨੇ ਚੂੜੀਆਂ ਪਾਈਆਂ ਹੱਥਾਂ ਦੇ ਵਿੱਚ? ਮੈਂ ਜਿੱਥੇ ਜਾਊਂਗਾ ਉੱਥੇ ਦੇ ਭਾਈ ਮੈਂ ਉਸ ਗੁਰੂ ਘਰ ਜਾਂ ਤੇ ਮੱਥਾ ਨਾ ਟੇਕ, ਤੇ ਜੇ ਟੇਕੂ ਤੇ ਫਿਰ ਕੁਰਸੀ ਕੱਢ ਕੇ ਟੇਕੂ ਤੇ ਗੱਲਾਂ ਤਸੀਂ ਹੀ ਹੁੰਦੀਆਂ ਸਿੱਧੀਆਂ ਗੱਲਾਂ ਮਾਰਦਾ। ਇਹਦੇ 'ਤੇ ਮੈਂ ਇੱਕ ਉਦਾਹਰਨ ਦੇ ਦਿੰਦਾ। ਕਹਿੰਦੇ ਨਾ ਵੀ ਜਿਹਨਾਂ ਕੋਲ ਬੈਠਿਆ ਨਹੀਂ ਜਾਂਦਾ, ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਹੈ ਮਾਨ ਸਿੰਘ ਮਾਨ, ਉਹਦੇ ਲੱਕ ਦੀ ਬੜੀ ਵੱਡੀ ਮੁਸ਼ਕਲ ਚੱਲਦੀ ਹੈ, ਉਹਦੇ ਸਰਜਰੀਆਂ ਹੋਈਆਂ, ਉਹ ਬੈਠ ਨਹੀਂ ਸਕਦਾ। ਔਰ ਉੱਥੇ ਭੋਗ ਹੋਇਆ ਉਹਨਾਂ ਦੀ ਜਿਹੜੀ ਭੈਣ ਦਾ, ਸਿਮਰਜੀਤ ਸਿੰਘ ਮਾਨ ਦੀ ਭੈਣ ਦਾ ਭੋਗ ਸੀ ਚੰਡੀਗੜ੍ਹ, ਮੈਂ ਵੀ ਗਿਆ ਸੀ ਉੱਥੇ। ਪਿੱਛੇ ਨਾ ਕੁਰਸੀਆਂ ਦੀ ਲਾਈਨ ਲੱਗੀ ਹੈ, ਚੰਗੇ ਭਲੇ ਬੰਦੇ ਬੈਠੇ ਆ। ਮਾਨ ਸਾਹਿਬ ਦੀ ਹੁਣ ਇੰਨੀ ਉਮਰ ਹੋ ਗਈ, ਉਹਨਾਂ ਕੋਲ ਬੈਠਿਆ ਉੱਠਿਆ ਨਹੀਂ ਜਾਂਦਾ, ਬਹੁਤ ਉਮਰ ਹੋ ਗਈ, ਤਸ਼ੱਦਦ ਬੜਾ ਹੋਇਆ ਸੀ ਉਹਨਾਂ ਦੇ ਉੱਤੇ, ਗੋਡੇ ਕੰਮ ਨਹੀਂ ਕਰਦੇ। ਪਰ ਉਹਨਾਂ ਨੇ ਵੀ ਦੋ ਸਿੰਘਾਂ ਨੇ ਫੜ ਕੇ ਬਿਠਾਇਆ ਪੁੰਜੇ, ਅਤੇ ਲੱਤਾਂ ਉਹਨਾਂ ਨੇ ਸਿੱਧੀਆਂ ਕਰ ਲਈਆਂ, ਚੌਂਕੜਾ ਨਹੀਂ ਸੀ ਵੱਜਦਾ। ਅਤੇ ਇਮਾਨ ਸਿੰਘ ਮਾਨ ਕੋਲ ਬੈਠਾ ਨਹੀਂ ਸੀ ਜਾਂਦਾ, ਉਹ ਸਾਰੇ ਹੀ ਭੋਗ ਦੇ ਦੌਰਾਨ ਖਲੋਤਾ ਰਿਹਾ। ਇੱਥੇ ਇੱਕ ਜਗ੍ਹਾ 'ਤੇ ਨਹੀਂ ਵੀ ਦਿਖਾਵਾ ਕਰਨ ਨੂੰ, ਬਹੁਤ ਥਾਵਾਂ ਦੇ ਉੱਤੇ ਉਹ ਖਲੋਤਾ ਹੀ ਰਿਹਾ, ਬਹਿੰਦਾ ਨਹੀਂ। ਅਤੇ ਅਸੀਂ ਇੱਕ ਵਾਰੀ ਪੁੱਛਿਆ ਵੀ ਬੈਠਦੇ ਕਿਉਂ ਨਹੀਂ, ਉਹ ਕਹਿੰਦੇ ਵੀ ਲੱਕ ਦੀ ਮੁਸ਼ਕਲ ਆ, ਬੈਠ ਨਹੀਂ ਸਕਦੇ। ਸੋ ਹੁਣ ਇਹ ਬਹਾਨੇਬਾਜ਼ੀ ਹੈ, ਜੇ ਘਰ ਆਪਾਂ ਬੈੱਡ 'ਤੇ ਬਹਿੰਦੇ ਹਾਂ,
ਬਹਿਨੇ ਹੀ ਹੈ ਨਾ ਜਿਹਨਾਂ ਦੇ ਗੋਡਿਆਂ ਦੀ ਮੁਸ਼ਕਲ ਹੈ। ਗੋਡਿਆਂ ਦੀ ਮੁਸ਼ਕਲ ਹੈ, ਨਾ ਚੌਂਕਣਾ ਮਾਰੋ ਲੱਤਾਂ ਸਿੱਧੀਆਂ ਕਰ, ਮਹਾਰਾਜ ਵਾਲੇ ਪਾਸੇ ਨੂੰ ਨਾ ਕਰੋ, ਕਿਸੇ ਹੋਰ ਪਾਸੇ ਨੂੰ ਸਿੱਧੀਆਂ ਕਰਕੇ ਪੈ ਜਾਓ। ਪਰ ਬਹਾਨੇਬਾਜ਼ੀ ਹੋ ਗਈ ਹੈ। ਔਰ ਮੈਂ ਬਹੁਤ ਥਾਵਾਂ 'ਤੇ ਵੇਖਿਆ ਜਿਹੜੀਆਂ ਬੀਬੀਆਂ ਜਦੋਂ ਫਿਰ ਕੁਰਸੀਆਂ 'ਤੇ ਬੈਠੀਆਂ ਸੀ, ਜੇ ਗੋਡੇ ਨਹੀਂ ਸੀ ਕੰਮ ਕਰਦੇ, ਜਦੋਂ ਮੈਂ ਬਚਨ ਕੀਤਾ ਤਾਂ ਉੱਤਰ ਕੇ ਉਸ ਵੇਲੇ ਥੱਲੇ ਕਿਤੇ ਬਹਿ ਗਈ, ਉਦੋਂ ਗੋਡਿਆਂ ਨੂੰ ਕੀ ਹੋ ਗਿਆ। ਮੈਂ ਕਹਿੰਦਾ ਵੀ ਜੇ ਕੋਈ ਬੈਠਣ ਵਾਲਾ ਇੱਕ ਤਾਂ 120 ਸਾਲ ਦਾ ਸਿੰਘ ਸੀ ਆਪਣਾ, ਜਿਹੜਾ ਪਹਿਲਾ ਪੜਾਅ ਸੀ ਆਪਣਾ ਉੱਥੇ ਦੂਜਾ ਜੰਡਿਆਲੇ ਤੋਂ ਬਾਅਦ 'ਚ ਡੱਡੂ ਵਾਣੇ, ਉਹ ਨਿਹੰਗ ਸਿੰਘ ਸੀ, ਉਹਨੇ ਸਹੁੰ ਖਾਧੀ ਸੀ ਅਤੇ ਉਹਨੇ ਬਾਣਾ ਵੀ ਨਹੀਂ ਸੀ ਪਾਇਆ, ਕਾਤੀ ਸੀ ਉਹਦੇ। ਉਹਨੇ ਕਿਹਾ ਸੀ ਵੀ ਜਿੰਨਾ ਚਿਰ ਖਾਲਿਸਤਾਨ ਨਹੀਂ ਬਣਦਾ ਉਨਾ ਚਿਰ ਬਾਣਾ ਹੀ ਨਹੀਂ ਪਹਿਨਣਾ। ਉਹ 120 ਸਾਲ ਦੀ ਉਮਰ ਸੀ ਕਰੀਬ, ਉਹ ਜਥੇਦਾਰ ਦੀ, ਪਰਲਿਆਰਾ ਜਥੇਦਾਰ ਸੀ, ਉਹ ਕੋਈ ਬੈਠਾ ਨਹੀਂ ਸੀ ਜਾਂਦਾ, ਚੌਂਕੜ 'ਤੇ ਵੱਜਦਾ ਨਹੀਂ ਸੀ ਇੰਨੀ ਉਮਰ ਦੇ ਵਿੱਚ। ਉਹਦਾ ਨਾਲ ਸਿੰਘ ਇੱਟਾਂ ਪੈਂਚ ਲੈ ਕੇ ਰੱਖਿਆ ਉਹਨਾਂ ਨੇ, ਆਪ ਲੈ ਕੇ ਆਏ ਸੀ। ਉਹਨਾਂ ਨੇ ਗੁਰੂ ਸਾਹਿਬ ਤੋਂ ਕਿੰਨੀ ਦੂਰ ਜਾ ਕੇ ਪਿਛਲੇ ਪਾਸੇ ਨਾ, ਉਹ ਉੱਚਾ ਵੀ ਨਹੀਂ ਸੀ ਮਸ, ਸਿਰਫ ਇਹ ਸੀ ਵੀ ਲੱਤਾਂ ਸਿੱਧੀਆਂ ਹੋ ਜਾਣ, ਉੱਥੇ ਉਹਨਾਂ ਨੇ ਜਿਹੜਾ ਆਸਣ ਕਰ ਲਿਆ। ਹੁਣ ਤੁਸੀਂ ਦੱਸੋ, ਇਹ 60 ਸਾਲ 65 ਸਾਲ ਦੀ ਉਮਰ ਦੇ ਵਿੱਚ ਸਾਡੇ ਗੋਡੇ ਜਵਾਬ ਦੇ ਗਏ, 120 ਸਾਲ ਦੇ ਸਿੱਖਾਂ ਨੂੰ ਇਹ ਮਰਿਆਦਾ ਪਤਾ ਹੈ ਵੀ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਤਖਤ ਨਹੀਂ ਲਾਉਣਾ, ਇਹ ਸਿਰਫ ਬਹਾਨੇਬਾਜ਼ੀ ਹੈ। ਔਰ ਜਿਹੜੇ ਗੁਰੂ ਨੇ ਸਾਨੂੰ ਨਿਰੋਗ ਕਰਨਾ, ਜਿਹਨੇ ਸਾਡੇ ਗੋਡੇ ਠੀਕ ਕਰਨੇ, ਜਿਹਨੇ ਸਾਡੇ ਅੰਗ ਪੈਰ ਠੀਕ ਕਰਨੇ ਆ, ਉਸ ਗੁਰੂ ਦੀ ਹਜ਼ੂਰੀ 'ਚ ਆ ਕੇ ਹੀ, ਅਤੇ ਜੇ ਚੌਂਕੜਾ ਨਾ ਮਾਰਿਆ ਤਾਂ ਫਿਰ ਕਦੋਂ ਮਾਰਨਾ। ਸੋ ਆਪਾਂ ਇਹ ਉਲੰਘਣਾ ਨਾ ਕਰੀਏ। ਇਤਿਹਾਸ 'ਚ ਬਹੁਤ ਸਾਖੀਆਂ ਆਉਂਦੀਆਂ, ਗੁਰੂ ਅੰਗਦ ਪਾਤਸ਼ਾਹ ਦੇ ਸਿਰਾਣੇ ਕੋਈ ਆਣ ਕੇ ਬਹਿ ਕੇ, ਅਸੀਂ ਸਾਰੀ ਸੰਗਤ ਚਰਨਾਂ 'ਚ ਬੈਠਦੀ ਸੀ, ਇੱਕ ਕੋਈ ਆਣ ਕੇ ਸਿਰਾਣੇ ਬੈਠ ਗਿਆ ਅਤੇ ਪਾਗਲ ਹੋ ਕੇ ਮਰ ਗਿਆ ਬਾਅਦ 'ਚ। ਇਹ ਗੁਰੂ ਘਰ ਦੀ ਮਰਿਆਦਾ ਹੈ। ਅਤੇ ਜਿਹਦੇ ਨਹੀਂ ਗੋਡੇ ਕੰਮ ਕਰਦੇ, ਕਿਤੇ ਬਾਹਰ ਬੈਂਚ ਲਾ ਕੇ ਬੈਠ ਜਾਓ, ਕੋਈ ਗੱਲ ਨਹੀਂ, ਦਰਬਾਰ ਤੋਂ ਬਾਹਰ ਲਾ ਲਿਓ ਬੈਂਚ, ਉੱਥੇ ਬੈਠੋ। ਪਰ ਜੇ ਆਪਾਂ ਗੁਰੂ ਦਾ ਜਸ ਸੁਣਨਾ, ਗੁਰੂ ਦੇ ਘਰ ਜਾਣਾ, ਗੁਰੂ ਤੋਂ ਨੀਵੇਂ ਹੋ ਕੇ ਜਾਣਾ ਪੈਣਾ। ਕੁਰਸੀ ਜਿਹੜੀ ਹੈ ਇਸ ਕਰਕੇ ਮਾੜੀ ਹੈ, ਕੁਰਸੀ ਕਾਹਦੇ ਲਈ, ਆਪਾਂ ਕਹਿੰਦੇ ਨਾ ਕੁਰਸੀ ਦੇ ਭੁੱਖੇ ਆ, ਕਿਉਂ ਕਿਹਾ ਜਾਂਦਾ ਵੀ ਕੁਰਸੀ ਦੇ ਭੁੱਖੇ ਆ ਜੀ? ਵੈਸੇ ਤਾਂ ਕੁਰਸੀ ਦਾ ਭੁੱਖਾ ਹੋਣ, ਹਰ ਕਿਤੇ ਘਰ 'ਚ ਕੁਰਸੀ ਪਈ ਹੈ। ਕੁਰਸੀ ਅਹੁਦੇ ਦੀ ਪ੍ਰਤੀਕ ਹੁੰਦੀ ਹੈ, ਕੁਰਸੀ ਕਿਸੇ ਅਹੁਦੇ ਦੀ ਪ੍ਰਤੀਕ ਹੈ ਕਿ ਜੱਜ ਦੀ ਕੁਰਸੀ ਹੁੰਦੀ ਹੈ। ਜੱਜ ਦੀ ਕੁਰਸੀ 'ਤੇ ਕੋਈ ਆਮ ਬੰਦਾ ਨਹੀਂ ਬਹਿ ਸਕਦਾ, ਇੱਕ ਅਫਸਰ ਦੀ ਕੁਰਸੀ ਹੈ ਪੁਲਿਸ ਵਾਲੇ ਦੀ। ਇਸੇ ਤਰੀਕੇ ਨਾਲ ਗੁਰੂ ਦੀ ਹਜ਼ੂਰੀ 'ਚ ਤਾਂ ਕੁਰਸੀ ਟੇਬਲ ਮੇਜ਼ ਨਹੀਂ ਲੱਗ ਸਕਦਾ ਕਿ ਗੁਰੂ ਦੀ ਹਜ਼ੂਰੀ 'ਚ ਸਾਡਾ ਕੋਈ ਅਹੁਦਾ ਨਹੀਂ। ਅਸੀਂ ਸਾਰੇ ਉਹਦੇ ਦਰ ਦੇ ਸੇਵਕ ਹਾਂ, ਦਰ ਦੇ ਕੂਕਰ ਹਾਂ, ਅਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਸੇਵਕ ਕੁਰਸੀ 'ਤੇ ਬੈਠਾ ਹੋਵੇ, ਲੱਤਾਂ ਵਿਛਾ ਕੇ, ਸੋਫੇ ਡਾਲੇ, ਇਹ ਜਿੰਨੀਆਂ ਸਹੂਲਤਾਂ ਜ਼ਿੰਦਗੀ 'ਚ ਲਈ ਆਵਾਂਗੇ ਨਾ, ਹੁਣ ਅਸੀਂ ਪੈਰੀਂ ਕੁਛ ਵੀ ਨਹੀਂ ਪਾਉਂਦੇ। ਮੈਨੂੰ ਬਥੇਰਿਆਂ ਨੇ ਕਿਹਾ ਵੀ ਤੁਸੀਂ ਲੱਤਾਂ ਨੂੰ ਗਰਮੀਆਂ ਚੜ੍ਹ ਲਿਆ ਕਰੋ, ਮੈਂ ਕਿਹਾ ਜੇ ਚੜ੍ਹਨ ਲੱਗ ਪਏ ਤਾਂ ਫਿਰ ਅਗਲੇ ਸਿਆਲ ਨੂੰ ਤਾਂ ਲੱਤਾਂ ਖਲੋਜਣਗੀਆਂ ਸਾਡੀਆਂ, ਕੋਈ ਗੱਲ ਨਹੀਂ, ਮਾਲਕ ਕਿਰਪਾ ਕਰਨਗੇ, ਜਿਹਨੇ ਰਾਹ 'ਤੇ ਤੋਰਿਆ ਉਹਨੇ ਸਾਰਾ ਕੁਝ ਕਰ ਦੇਣਾ। ਜਿਹਨੇ ਬੰਦ ਬੰਦ ਘਟਾਉਂਦਿਆਂ ਸਿੱਖਾਂ ਨੂੰ ਭਰੋਸਾ ਸਿਦਕ ਸਬਰ ਬਖਸ਼ਿਆ, ਜਿਹਨੇ ਬਾਣੀ ਪੜ੍ਹਨ ਦਾ ਬਲ ਬਖਸ਼ਿਆ, ਇਹ ਗੋਡੇ ਕਿੱਡੀ ਕੁ ਚੀਜ਼ ਹੈ। ਇਹ ਆਪਾਂ ਬਹਾਨੇ ਨਾ ਬਣਾਈਏ, ਇਹ ਜਿੱਦਬਾਜ਼ੀ ਨਾ ਕਰੀਏ। ਇਹ ਜਿੱਦਬਾਜ਼ੀ ਨੇ ਸਾਡੀ ਕੌਮ ਦਾ ਘਾਣ ਕੀਤਾ। ਕੱਲ੍ਹ ਉੱਥੇ ਕੁਝ ਅਫਸਰ ਸਾਨੂੰ ਕਹਿੰਦੇ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ, ਹੁਣ ਜਿਹੜੇ ਅਫਸਰ ਨੇ ਕਿਹਾ ਉਹਨੂੰ ਦੇ ਦਿਓ। ਮੈਂ ਕੱਲ੍ਹ ਵੀ ਕਿਹਾ ਸੀ, ਤਖ਼ਤ ਜਿਹੜੇ ਤਖ਼ਤ 'ਤੇ ਬੈਠ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਫਰਮਾਨ ਸੁਣਾਇਆ ਗਿਆ ਸੀ ਨਾ, ਉਹ ਸਿੱਖਾਂ ਨੇ ਧੂ ਕੇ ਲਿਆਂਦਾ ਸੀ ਘੋੜਿਆਂ ਪਿੱਛੇ ਪਾ ਕੇ, ਅਤੇ ਉੱਥੇ ਦਰਬਾਰ ਸਾਹਿਬ ਦੇ ਚਰਨਾਂ 'ਚ ਸੁੱਟਿਆ ਲਿਆ। ਇਸ ਕਰਕੇ ਜਿਹੜੀਆਂ ਕੁਰਸੀਆਂ ਗੁਰੂ ਘਰ ਦੇ ਵਿੱਚ ਲੱਗ ਗਈਆਂ, ਇੱਕ ਵਾਰ ਉਹ ਪਤਾ ਨਹੀਂ ਕਿਹੜਾ ਭਾਗਾ ਹੋਊਗਾ ਜਿਹੜਾ ਕਹੂਗਾ ਵੀ ਮੈਨੂੰ ਦੇ ਦਿਓ, ਜੇ ਕਿਸੇ ਨੇ ਲੈਣੀਆਂ ਤਾਂ ਲੈ ਲਵੇ। ਮੈਂ ਤਾਂ ਕਿਹਾ ਸੀ ਵੀ ਕੁੱਲਾਂ ਨਾਸ ਕਰਨ ਵਾਲੀ ਗੱਲ ਹੈ, ਕਿਹਨੂੰ ਤਾਂ ਗੁਰੂ 'ਤੇ ਭਰੋਸਾ ਹੈ। ਦੇਖੋ ਗੁਰੂ ਸਾਹਿਬ ਸਿੱਖਾਂ ਨੂੰ ਬੜਾ ਪ੍ਰੇਮ ਕਰਦੇ, ਪਰ ਸਿੱਖਾਂ ਦਾ ਇੱਕ ਫਰਜ਼ ਆ ਵੀ ਗੁਰੂ ਨੂੰ ਗੁਰੂ ਬਣਾ ਕੇ ਰੱਖਣਾ, ਗੁਰੂ ਦੇ ਬਰਾਬਰ ਹੋ ਕੇ ਨਹੀਂ ਬੈਠਣ ਲੱਗ ਪੈਣਾ, ਗੱਦੀ ਨਹੀਂ ਲਾਉਣ ਲੱਗ ਪੈਣਾ, ਕੁਰਸੀਆਂ ਨਹੀਂ ਡਾ ਲੈਣੀ। ਸੋ ਇਹ 500 ਸਾਲ ਹੋ ਗਿਆ ਸਾਡੇ ਇਹ ਸਾਰੇ ਵਰਤਾਰੇ ਨੂੰ, ਗੁਰੂ ਸਾਹਿਬ ਦੇ ਆਗਮਨ ਨੂੰ। ਸਿੱਖਾਂ ਨੇ ਕਦੇ ਅੱਜ ਤੱਕ ਯੁੱਧ ਨਹੀਂ ਕੀਤੀ ਵੀ ਅਸੀਂ ਗੁਰੂ ਦੇ ਬਰਾਬਰ ਬੈਠੀਏ। ਅਸੀਂ ਅੱਜ ਕੀ ਹੋ ਗਿਆ ਸਾਨੂੰ, 10-20 ਸਾਲਾਂ 'ਚ ਹੀ ਇਹ ਸਾਰੀ ਖੇਡ ਸ਼ੁਰੂ ਹੋ ਗਈ। ਪਹਿਲਾਂ ਨਹੀਂ ਸੀ ਗੋਡੇ ਰੁਕਦੇ ਸਾਡੇ, ਆ ਮਾਈਆਂ 90-90, 100-100 ਸਾਲ ਦੀਆਂ ਮਾਈਆਂ ਨੇ, ਉਹ ਵਿਚਾਰੀਆਂ ਆਉਂਦੀਆਂ ਨੇ ਤੁਰ ਕੇ, ਉਹ ਆਣ ਕੇ ਬਹਿ ਜਾਂਦੀਆਂ, ਜਿਹੜੀਆਂ ਅੱਜ ਕੱਲ੍ਹ ਤੁਰੀਆਂ ਫਿਰਦੀਆਂ ਬੀਬੀਆਂ ਉਹਨਾਂ ਨੂੰ। ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਦੇ ਦੌਰਾਨ ਜਿਹੜੇ ਮਸਲੇ ਨੂੰ ਨਜ਼ਰ ਆਉਂਦੇ ਆ ਸਿੱਖੀ ਦੇ ਵਿੱਚ, ਜਿਹੜੇ ਪ੍ਰੋਬਲਮਸ ਹੈਗੀ ਆ, ਜਿਹੜੇ ਕੋਈ ਨਵੀਆਂ ਚੀਜ਼ਾਂ ਸਿੱਖੀ ਵਿੱਚ ਵੜੀ ਜਾ ਰਹੀਆਂ ਵੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਸਾਹਮਣੇ ਹੁੰਦੀਆਂ ਵੈ ਉਹਨੂੰ ਹੱਲ ਕਰਦਾ ਵੈ। ਕੁਛ ਦਿਨ ਪਹਿਲੇ ਅੰਮ੍ਰਿਤਪਾਲ ਸਿੰਘ
एक गुरु घर दे विच गया ते उत्थे लोगों ने कुर्सियां लाइया, अक्सर लगियां होंदियां कुर्सियां कि जनाब कुछ बंदियां दी लत्तां नहीं ठीक, बह नहीं सकते। तो अमृतपाल सिंह ने कहा जी कि कुर्सियां नूं चुक के बाहर सुट दिओ ते इन्हां नूं तोड़ दिओ। उहदे विच कईआं लोगों ने कहा जी गरीबां दे देणियां चाहीदियां सी, ते अमृतपाल सिंह ने उहदी बारे हुण दलील दसी है कि क्यों तोड़ियां गईआं, क्योंकि गुरु की हजूरी दे विच कोई तख्त नहीं लग सकता, क्योंकि तख्त जिहड़ा वै सिर्फ गुरु दा वै ते गुरु ही ਹੈਗਾ ਵੈ। ਉਹਨਾਂ ਦੀ ਹਜ਼ੂਰੀ 'ਚ ਕੋਈ ਹੋਰ ਬੰਦਾ ਤਖ਼ਤ ਲਾ ਕੇ, ਕੁਰਸੀ ਲਾ ਕੇ, ਸੋਫਾ ਲਾ ਕੇ ਨਹੀਂ ਬਹਿ ਸਕਦਾ, ਜਿਹਨੇ ਬਹਿਣਾ ਵੈ ਜ਼ਮੀਨ 'ਤੇ ਬੈਠੇ। ਇਹੀ ਅਦਬ ਦਾ ਤਕਾਜ਼ਾ ਵੈ। ਅਤੇ ਇਹ ਅਦਬ ਅਤੇ ਮੁਹੱਬਤ ਨੂੰ ਸਾਹਮਣੇ ਰੱਖਦੇ ਹੋਇਆ ਦੇਖਦਿਆਂ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਕੰਮ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਜਿਹੜੀਆਂ ਸਿੱਖੀ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਹੈ, ਜਿਹੜੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਵੜੀ ਜਾ ਰਹੀਆਂ ਵੈ ਸਿੱਖਾਂ ਵਿੱਚ ਨਵੀਆਂ, ਉਹਨਾਂ ਨੂੰ ਦੂਰ ਕਰਨ ਡੇ ਹੈ, ਸਿੱਖਾਂ ਨੂੰ ਉਹਨਾਂ ਦੇ ਬਾਰੇ ਆਗਾਹ ਕਰਨ ਡੇ ਹੈ। ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਵੈ ਇਹ ਦੂਸਰੀਆਂ ਏਜੰਸੀਆਂ ਵਿੱਚ ਵਾੜਦੀਆਂ ਵੈ, ਤਾਂ ਕਿ ਹੌਲੀ ਹੌਲੀ ਛੋਟੀ ਛੋਟੀ ਗੱਲ, ਉਹ ਕਹਿੰਦੇ ਯਾਰ ਖੈਰ ਹੈ ਛੋਟੀ ਗੱਲ, ਯਾਰ ਖੈਰ ਹੈ ਕੋਈ ਗੱਲ ਨਹੀਂ, ਇਸ ਤਰ੍ਹਾਂ ਫਿਰ ਕਰਦਿਆਂ ਕਰਦਿਆਂ ਉਹ ਕਿਸੇ ਵੱਡੀ ਗੱਲ ਬਣ ਜਾਂਦੀ। ਅਤੇ ਇਹ ਭਾਈ ਅੰਮ੍ਰਿਤਪਾਲ ਸਿੰਘ ਇਸ ਚੀਜ਼ ਨੂੰ ਸਮਝਦੇ ਹੈ, ਇਸੇ ਕਰਕੇ ਉਹਨਾਂ ਹਾਲਾਤ ਨੂੰ ਸਮਝਦਿਆਂ ਹੋਇਆਂ ਕਿਹਾ ਵੈ ਕਿ ਗੁਰੂ ਜਿਹੜੇ ਹੈਗੇ ਨਾ, ਗੁਰੂ ਸਾਹਿਬਾਨ ਦੇ ਗੁਰਦੁਆਰੇ ਗੁਰੂ ਘਰ, ਉੱਥੇ ਕਿਸੇ ਤਰ੍ਹਾਂ ਦਾ ਵੀ ਤਖ਼ਤ ਨਹੀਂ ਹੋਣਾ ਚਾਹੀਦਾ। ਜਿਹਨੇ ਆ ਕੇ ਬਹਿਣਾ ਵੈ ਭੁੰਜੇ ਬਹਿਣਾ ਵੈ। ਉਹਨਾਂ ਨੇ ਸਿਮਰਨਜੀਤ ਮਾਨ ਸਿੰਘ ਅਤੇ ਉਹਨਾਂ ਦੇ ਬੇਟੇ ਦੀ ਮਿਸਾਲ ਦਿੱਤੀ, ਫਿਰ ਇੱਕ ਹੋਰ ਇੱਕ ਜਿਹੜੇ ਸਿੰਘ ਜਿਹਨਾਂ ਦੀ 120 ਸਾਲ ਉਮਰ, ਉਹਨਾਂ ਦੀ ਮਿਸਾਲ ਦੇ ਕੇ ਦੱਸਿਆ ਕਿ ਜਿਹੜੇ ਸਿੱਖ ਜਾਣਦੇ ਮਰਿਆਦਾ ਨੂੰ, ਉਹ ਉਹਨਾਂ ਦਾ ਭਾਵੇਂ ਬੰਦ ਬੰਦ ਕੱਟ ਜਾਵੇ ਉਹ ਕਦੇ ਵੀ ਨਹੀਂ ਇੰਜ ਕਰਦੇ। ਇਹ ਲਿਹਾਜ਼ਾ ਜਿਹੜੇ ਬਹਾਨੇਬਾਜ਼ੀ ਨੂੰ ਛੱਡ ਦੇਣਾ ਚਾਹੀਦਾ ਅਤੇ ਗੁਰੂ ਘਰ ਜਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੜੇ ਅਦਬ ਅਹਿਤਰਾਮ ਦੇ ਨਾਲ ਬਹਿਣਾ ਚਾਹੀਦਾ। ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ